ਸੀ ਹੋ ਜਾਂਦੀ ਹੈ ਅਸੀਂ ਤਿੰਨ ਪੜਾਅ ਦੇ ਵਿੱਚ ਡਿਵਾਈਡ ਕਰਦੇ ਹਾਂ ਜਦੋਂ ਮੈਂ ਫਰਸਟਲੀ ਕੰਪੀਟ ਕੀਤਾ ਸੀ ਮੈਨੂੰ ਮੈਮ ਨੇ ਬਹੁਤ ਸਪੋਰਟ ਕੀਤੀ ਇਸ ਚੀਜ਼ ਦੇ ਵਿੱਚ ਕਿਉਂਕਿ ਮੇਰੇ ਸਟੇਟਮੈਂਟਸ ਜਿਹੜੇ ਸੀ ਉਹ ਬਹੁਤ ਹੀ ਡਿਫਿਕਲਟ ਰਹੇ ਮੇਰੇ ਵਾਸਤੇ सारे अपने आप ही क्लास ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਫੈਮਿਲੀ ਲਈ ਆਪਣੇ ਬੱਚਿਆਂ ਲਈ ਆਪਣੇ ਹਸਬੈਂਡ ਲਈ ਆਪਣੇ ਘਰ ਲਈ ਘਰ ਦੇ ਖਾਣੇ ਲਈ ਸਾਰਾ ਕੁਝ ਦੇਖਦੇ ਰਹਿੰਦੇ ਹੋ ਕਰਦੇ ਰਹਿੰਦੇ ਹੋ ਐਵਰੀ ਗਰਲ ਸ਼ੁਡ ਹੈਵ ਅ ਰਾਈਟ ਟੂ ਸਟੱਡੀ ਐਂਡ ਚੂਜ਼ ਹਰ ਫਿਊਚਰ